ਸੋਸ਼ਲ ਮੀਡੀਆ ਤੇ ਇੱਕ ਪੋਸਟ ਦਿਖਾਈ ਦਿੱਤੀ ਸੀਗੀ। ਉਸ ਤੋਂ ਬਾਅਦ ਮੈਂ ਆਪਣੇ DSP ਸਾਹਿਬ ਦੀ ਡਿਊਟੀ ਲਗਾਈ ਸੀਗੀ, ਜਿਹੜੇ ਕਿ ਐਕਸ CM ਸਾਹਿਬ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਡਿਟੇਲ ਸਾਰੀਆਂ ਸਾਡੇ ਕੋਲ ਮੰਗਾ ਲਈਆਂ ਨੇ, ਉਹ 'ਤੇ ਅਸੀਂ ਵਰਕ ਕਰ ਰਹੇ ਹਾਂ। ਬਾਕੀ ਉਹਨਾਂ ਦੇ ਨਾਲ ਰਾਬਤਾ ਚੱਲ ਰਿਹਾ ਹੈਗਾ ਕਿ ਅਗਰ ਉਹ ਪਰਚਾ ਦਰਜ ਕਰਾਉਣਾ ਚਾਹੁੰਦੇ ਹੈਗੇ ਨੇ ਤਾਂ ਉਹ ਪਰਚਾ ਵੀ ਦਰਜ ਕਰਾ ਸਕਦੇ ਨੇ। ਬਾਕੀ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ, ਅਸੀਂ ਕੁਛ ਇੱਕ ਪੁਖਤਾ ਸਬੂਤ ਵੀ ਜਿਹੜੇ ਹੈਗੇ ਨੇ ਹਾਸਿਲ ਕਰ ਲਏ ਹੈਗੇ ਨੇ। ਜਿਵੇਂ ਪਰਚਾ ਦਰਜ ਹੁੰਦਾ ਹੈਗਾ ਉਸ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਨਾਲ ਦੇ ਨਾਲ। ਦੇਖੋ ਜੀ, ਹਜੇ ਮੈਂ ਕੁਝ ਕਹਿ ਨਹੀਂ ਸਕਦਾ ਹੈਗਾ ਕਿ ਬੰਦਾ ਕਿਹੜਾ ਹੈਗਾ, ਬਟ ਟੈਕਨੀਕਲ ਟੀਮ ਸਾਡੀ ਔਨ ਦਾ ਜੌਬ ਹੈਗੀ ਹੈ। ਜਦੋਂ ਬੰਦਾ ਗ੍ਰਿਫਤਾਰ ਹੋ ਜਾਊਗਾ ਫਿਰ ਮੈਂ ਕਹਿ ਸਕਦਾ ਹੈਗਾ ਕਿ ਉਹ ਬੰਦਾ ਕਿਹੜੇ ਕਿਸਮ ਦਾ ਬੰਦਾ ਹੈਗਾ, ਗੈਂਗਸਟਰ ਹੈਗਾ ਜਾਂ ਸਾਈਬਰ ਕ੍ਰਿਮੀਨਲ ਹੈਗਾ। ਇਸ ਟਾਈਮ ਤੇ ਕੁਝ ਵੀ ਪੁਖਤਾ ਤਰੀਕੇ ਦੇ ਨਾਲ ਕਹਿ ਪਾਣਾ ਜਿਹੜਾ ਹੈਗਾ ਦੈਟ ਇਜ਼ ਡਿਫਿਕਲਟ। ਤੋਂ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਮਿਲੀ ਸੀਗੀ ਔਰ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਆਪਣੀ ਟੀਮ ਜਿਹੜੀ ਹੈਗੀ ਉਹ ਔਨ ਦਾ ਜੌਬ ਲਗਾ ਕਰਕੇ DSP ਮੋਰਿੰਡਾ ਨੇ ਇਹਨਾਂ ਨਾਲ ਪਰਸਨਲੀ ਗੱਲ ਕਰਕੇ ਡਿਟੇਲਸ ਆਪਣੇ ਕੋਲ ਮੰਗਾ ਲਈਆਂ ਨੇ ਔਰ ਸਾਡੀ ਟੈਕਨੀਕਲ ਟੀਮ ਜਿਹੜੀ ਸਾਈਬਰ ਸੈੱਲ ਦੀ ਹੈਗੀ ਹੈ ਹੀ ਦੇ ਆਰ ਔਨ ਦਾ ਜੌਬ। ਕੋਈ ਲਿਖਤੀ ਵਿੱਚ ਕੰਪਲੇਂਟ ਹਜੇ ਤੱਕ ਨਹੀਂ ਹਾਸਿਲ ਹੋਈ ਹੈ, ਜਿਵੇਂ ਲਿਖਤੀ ਕੰਪਲੇਂਟ ਹਾਸਿਲ ਹੋਊਗੀ ਉਹ ਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਅੱਛਾ, ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਧਮਕੀਆਂ ਆਉਣ ਦੀ ਜਿਹੜੀ ਸੂਚਨਾ ਜਿਹੜੀ ਤੁਹਾਡੇ ਕੋਲ ਜਾਣਕਾਰੀ ਜਿਹੜੀ ਆਈ ਹੈਗੀ ਹੈ? ਨਹੀਂ, ਪਿੱਛੇ ਕੁਝ ਪਰਚੇ ਦਰਜ ਹੋਏ ਨੇ ਜਿਹਦੇ 'ਚ ਗ੍ਰਿਫਤਾਰੀਆਂ ਵੀ ਆਪਾਂ ਕੀਤੀਆਂ ਹੈਗੀਆਂ ਨੇ, ਅਤੇ ਇਹ ਤਾਂ ਜਦੋਂ ਕੋਈ ਇੰਸੀਡੈਂਟ ਹੁੰਦਾ ਹੈਗਾ, ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈਗੀ ਹੈ ਤਾਂ ਉੱਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਹੈਗਾ ਆਪਾਂ ਉੱਤੇ ਵਰਕਆਊਟ ਕਰਦੇ ਹਾਂ। ਸਰ, ਉਹਨਾਂ ਦੀ ਜਿਹੜੀ ਸੁਰੱਖਿਆ ਹੈਗੀ ਹੈ ਐਜ਼ ਪਰ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕੋਲ ਕਾਫੀ ਬੰਦੇ ਜਿਹੜੇ ਹੈਗੇ ਨੇ ਉਹ ADGP ਸਿਕਿਉਰਿਟੀ ਵੱਲੋਂ ਲੱਗੇ ਹੋਏ ਨੇ, ਸਾਡੇ ਜ਼ਿਲ੍ਹੇ ਦੇ 3 ਹੈਗੇ ਨੇ, ਬਾਕੀ ਕਾਫੀ ਆਰਮਡ ਬਟਾਲੀਅਨ ਦੇ ਬੰਦੇ ਹੈਗੇ ਨੇ। ਔਰ ਸੁਰੱਖਿਆ ਵਿੱਚ ਵਾਧਾ ਜਾਂ ਘਾਟਾ ਜਿਹੜਾ ਹੈਗਾ ਉਹ ਸਿਕਿਉਰਿਟੀ ਵਿੰਗ ਦਾ ਕੰਮ ਹੈਗਾ ਔਰ ਸਫੀਸ਼ੀਐਂਟ ਸਿਕਿਉਰਿਟੀ ਉਹਨਾਂ ਨੂੰ ਪਹਿਲਾਂ ਵੀ ਦਿੱਤੀ ਗਈ ਹੈ, ਅੱਗੇ ਵੀ ਦਿੱਤੀ ਜਾਂਦੀ ਰਹੇਗੀ ਔਰ ਹੀ ਇਜ਼ ਅਵਰ XCM, ਵੀ ਵਿਲ ਇੰਸ਼ੋਰ ਹਿਸ ਸਿਕਿਉਰਿਟੀ। ਅਤੇ ਉਹ ਤਾਂ ਕਹਿਣਾ ਵੀ ਮੇਰੀ ਸਿਕਿਉਰਿਟੀ ਤਾਂ ਉਲਟਾ ਘਟਾ ਰਹੇ ਹੈ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਇਹ ਜਿਹੜਾ ਡਿਸੀਜਨ ਹੈਗਾ ਇਹ ਮੇਰੇ ਲੈਵਲ 'ਤੇ ਨਹੀਂ ਹੁੰਦਾ ਹੈਗਾ। ਵੀ ਓਨਲੀ ਇੰਸ਼ੋਰ ਕਿ ਜਿਹੜੇ ਉਹਨਾਂ ਦੇ ਸਿਕਿਉਰਿਟੀ ਪਰਸਨਸ ਹੈਗੇ ਨੇ ਉਹ ਹਾਜ਼ਰ ਰਹਿਣ। ਅਗਰ ਸਾਡੇ ਜ਼ਿਲ੍ਹੇ ਵੱਲੋਂ ਕੋਈ ਉਹਦੇ 'ਚ ਵਾਅਦਾ ਕਰਨ ਦੀ ਲੋੜ ਹੈਗੀ ਅਸੀਂ ਕਰਦੇ ਹੈਗੇ ਹਾਂ। ਪਹਿਲਾਂ ਇਹਨਾਂ ਦੇ ਨਾਲ ਕਰੀਬ 56 ਪੁਲਿਸ ਪਰਸਨੇਲ ਅਟੈਚ ਸੀਗੇ ਜਿਹੜੇ ਕਿ ਚੱਲ ਰਹੇ ਹੈਗੇ ਨੇ, ਅਤੇ ਮੈਨੂੰ ਲੱਗਦਾ ਹੈਗਾ ਕਿ ਕੋਈ ਇਹੋ ਜਿਹੀ ਗੱਲ ਨਹੀਂ ਹੈ। ਜੇਕਰ ਇਹੋ ਜਿਹੀ ਕੋਈ ਗੱਲ ਹੈਗੀ ਹੈ ਤਾਂ ਉਹਦੇ ਵਾਸਤੇ ਸਿਕਿਉਰਿਟੀ ਵਿੰਗ ਜਿਹੜਾ ਹੈਗਾ ਉਹ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਰਿਪਲਾਈ